ਵਾਹਿਗੁਰੂ 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 ਹਾਂਜੀ ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੈਕਸ ਹੋ ਗਏ ਇੰਜੋਏ ਕੀਤੇ ਥੈਂਕਸ ਕੀਤਾ ਵਾਹਿਗੁਰੂ ਜੀ ਦਾ ਓਕੇ ਸਟੋਰੀ ਰੀਡ ਹੋ ਗਈ ਕੁਐਸਚਨ ਪੁੱਛੀਏ ਰੈਡੀ ਬਜ਼ਰ ਸਿਸਟਮ ਕਰੀਏ ਕਿਦਾਂ ਕਰਨਾ ਹੈ ਬਜ਼ਰ ਓਕੇ ਰੈਡੀ ਸਾਰੇ 스위ਚ ਨੂੰ ਹੱਥ ਪਾ ਲਿਆ ਬਜ਼ਰ ਦੀ 스위ਚ ਨੂੰ ਭਗਤ ਸਦਨਾ ਜੀ ਦਾ ਜਨਮ ਕਿਹੜੇ ਪਿੰਡ ਕਿਹੜੇ ਸ਼ਹਿਰ ਤੇ ਉਹ ਕਿਹੜੇ ਉਹਦੇ ਦੇਸ਼ ਦਾ ਸੂਬਾ ਕਿਹੜਾ ਸੀ ਤੁਸੀਂ ਤਾਂ ਪਹਿਲਾਂ ਹੀ ਬਜ਼ਰ ਬਜਾਤਾ ਕੁਐਸਚਨ ਤਾਂ ਪੂਰਾ ਨਹੀਂ ਹੋਣ ਦਿੱਤਾ ओके चल तू ही ਦੱਸ ਬਜ਼ਰ ਵਾਲਿਆ ਲੈ ਮੇਰੀ 3 2 6 ਹਾਂ ਨਹੀਂ ਸਿੱਤ ਸੁਪੇ ਤੇ ਪਿੰਡ ਮੈਂ ਸਿੱਦ ਸੁਪੇ ਦੇ ਸ਼ਹਿਰ ਹైదరాబాద్ ਦੇ ਨੇੜੇ ਪਿੰਡ ਸਹਿਪਾਣ ਵਿੱਚ ਰਹਾ ਸੀ ਹੂੰ ਕੰਟਰੀ ਕਿਡਾ ਸੀ ਆਲ ਟੁਗੇਦਰ ਪਾਕਿਸਤਾਨ 1180 ਨੂੰ 1180 ਓਕੇ ਪਾਕਿਸਤਾਨ ਦੇ ਸਟੇਟ ਸਿੰਧ ਦੇ ਵਿੱਚ ਪਿੰਡ ਸੀ ਸਹਿਬਾਨ ਠੀਕ ਹੈ ਓਕੇ ਪਗ ਸਦਨਾ ਜੀ ਦਾ ਉਹਨਾਂ ਦੇ ਪਿਤਾ ਜੀ ਦਾ profession ਕੀ ਸੀ occupation ਕੀ ਸੀ ਜੋ ਬਾਅਦ ਵਿੱਚ ਭਗਤ ਸਦਨਾ ਜੀ ਨੇ ਵੀ ਸ਼ੁਰੂ ਕੀਤਾ ਸੀ ਅੱਛਾ ਬਸਰ OK ਛੋਟੀ ਜਾਪਨੀ ਉੱਚੀ ਅਗਰ ਤੁਹਾਡੀ ਆਵਾਜ਼ ਨਹੀਂ ਆਏਗੀ ਤਾਂ ਉਹ ਆਨਸਰ ਨਹੀਂ ਮੰਨਿਆ ਜਾਏਗਾ ਹਾਂਜੀ ਹੂੰ ਹਾਂਜੀ ਚੰਦੀਪ ਹੂੰ ਬੱਕਰੇ ਕੱਟ ਕੇ ਉਹਨਾਂ ਦਾ ਮਾਸ ਵੇਚਣਾ ਤੇ ਸ਼ੁਰੂ ਦੇ ਵਿੱਚ ਸਧਨਾ ਜੀ ਆਪਣੇ ਬਜ਼ੁਰਗਾਂ ਵਾਲਾ ਉਹਨਾਂ ਨੇ ਕਿਤਾ ਕਰਨਾ ਸ਼ੁਰੂ ਕੀਤਾ ਠੀਕ ਹੈ 3rd ਕੁਐਸਚਨ ਜਿਸ ਸਾਧੂ ਦੇ ਪ੍ਰਚਾਰ ਦਾ ਅਸਰ ਸਧਨਾ ਜੀ ਤੇ ਪਿਆ ਸੀ ਉਹਨਾਂ ਨੇ ਕੁਐਸਚਨ ਤਾਂ ਪਹਿਲਾਂ ਸੁਣ ਲਓ ਪੁੱਤ ਉਹਨਾਂ ਨੇ ਪ੍ਰਵਚਨ ਕਰਦਿਆਂ ਕੀ ਕਿਹਾ ਸੀ ਤਾਂ ਕਿ ਲੋਪ੍ਰੀਤ ਸਿੰਘ ਉਹ ਨਹੀਂ ਮੰਨਦੇ ਆ ਉਹਦੇ ਵਿੱਚ ਗॉड ਨੂੰ ਤਾਂ ਮੰਨਦੇ ਆ ਪਰ ਆਪਾਂ ਗॉड ਦੀ ਫੇਡ ਨਹੀਂ ਦੇ ਆਪਾਂ ਫੇਡ ਹੀ ਉਹ ਸੈਂਸ ਕਮਿਟ ਕਰਦੇ ਜੇ ਸਾਨੂੰ ਨਹੀਂ ਕਮਿਟ ਕਰਨਾ ਚਾਹੀਦਾ ਹਾਂ ਲੋਕੀ ਪੱਥਰ ਨੂੰ ਤਾਂ ਰੱਬ ਸਮਝ ਕੇ ਪੂਜਦੇ ਨੇ ਪਰ ਰੱਬ ਤੋਂ ਡਰਦੇ ਨਹੀਂ ਪਾਪ ਕਰਦੇ ਰਹਿੰਦੇ ਨੇ ਚੌਥਾ ਕੁਐਸਚਨ ਜਦੋਂ ਸਤਸੰਗਤ ਦਾ ਅਸਰ ਭਗਤ ਸਧਨਾ ਜੀ ਤੇ ਪਿਆ ਤਾਂ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦੇ ਵਿਚਾਰ ਚੱਲਣੇ ਸ਼ੁਰੂ ਹੋਏ ਸੀ ਯਸਲੀਨ ਜੀ ਜੀ ਮੈਂ ਉਹਨਾਂ ਦੇ ਅੰਦਰ ਕਿੰ ਕਿਛੇ ਵਿੱਚ ਜਦੋਂ ਬਕਰਾ ਬਟਨ ਲੱਗੇ ਸੀ ਤਾਂ ਉਹਨਾਂ ਦੇ ਅੰਦਰ ਕੀ ਹੋਇਆ ਸੀ ਕਿ ਜੀ ਵਿੱਚ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਪਰ ਕਰਨਾ ਵੀ ਚਾਹੀਦਾ ਹੈ ਮੈਨੂੰ ਕਿੱਥੇ ਪੈਸੇ ਮਿਲਣਗੇ ਹਾਂ ਅਤੇ ਉਹਨਾਂ ਨੇ ਬਾਅਦ ਦੇ ਵਿੱਚ ਇਸ ਤਰ੍ਹਾਂ ਬੇ ਬਿਜ਼ਨਸ ਫੰਡ ਦਾ ਘਪੀਤਾ ਸੀ ਜਦੋਂ ਨੂੰ ਪਤਾ ਨਹੀਂ ਕਿ ਐਸੀ ਕਿ ਇਹ ਬੱਕਰਾ ਹਾਟ ਹੁੰਦਾ ਆ ਨਹੀਂ ਅੰਦਰ ਅੰਦਰ ਥਾਟ ਕਿਹੜੀ ਕਿਹੜੀ ਚੱਲਦੀ ਸੀ ਟ੍ਰੇਨ ਥਾਟ ਕਿਹੜੀ ਕਿਹੜੀ ਚੱਲਦੀ ਸੀ ਲੋਪ੍ਰੀਤ ਸਿੰਘ ਥਾਟ ਥਾਟ ਚੱਲਦੀ ਸੀ ਕਿ ਮੈਂ ਆਹ ਕੰਮ ਗਰੀਡਲੀ ਕਰ ਰਿਹਾ ਆ ਕਿ ਹਨਾ ਇੰਨੇ ਮੈਨੂੰ ਜਿਵੇਂ ਬੈਡ ਸਿਸਮ ਮਿਲੂਂਗੇ ਨੇ ਕਿ ਨਾ ਇੱਕ ਥਾਟ ਚੱਲਦੀ ਪਈ ਸੀ ਕਿ ਮੈਂ ਆਪਣਾ ਕੰਮ ਉਹ ਵੀ ਚਲਾ ਰਹਾ ਆ ਤੇ ਜਿਵੇਂ ਪੈਸੇ ਵੀ ਕਮਾ ਰਿਹਾ ਆ ਹਾਂ ਨਵਨੂਰ ਕਦੇ ਗੋਟੰਬੀਆ ਤੇ ਕਦੇ ਥੋਟ ਬੈਡਮ ਵੀ ਕਦੇ ਗੁਡ ਥੋਟ ਚਲਦੀ ਸੀ ਕਦੇ ਗੁਡ ਨਹੀਂ ਸੀ ਚਲਦੀ ਇਦਾਂ ਮਨ ਵਿੱਚ ਮਨ ਨੂੰ ਹੁਲਾਰਾ ਮਿਲਦਾ ਸੀ ਕਿ ਆਈ ਏਮ ਰਾਈਟ ਠੀਕ ਹੈ ਨਾ ਉਹਨਾਂ ਨੂੰ ਕਦੀ ਲੱਗਦਾ ਸੀ ਕਿ ਮੈਂ ਪਾਪ ਕਰ ਰਿਹਾ ਫਿਰ ਲੱਗਦਾ ਸੀ ਮੇਰੀਆਂ ਪਿਛਲੀਆਂ ਜਨਰੇਸ਼ਨ ਵੀ ਤੇ ਕਰਦੀਆਂ ਆ ਰਹੀਆਂ ਨੇ ਕਦੀ ਮਨ ਵਿੱਚ ਖਿਆਲ ਆਉਂਦਾ ਸੀ ਕਿ ਇਹ profession ਤਾਂ ਸਾਨੂੰ ਰੱਬ ਨੇ ਦਿੱਤਾ ਹੋਇਆ ਮੈਂ ਠੀਕ ਹੀ ਕਰ ਰਿਹਾ ਪਿਛਲੇ ਵੀ ਠੀਕ ਕਰ ਰਹੇ ਸਨ ਕਦੀ ਇੰਜ ਲੱਗਦਾ ਸੀ ਮੈਂ ਗਲਤ ਕਰ ਰਿਹਾ ਕਦੀ ਮਨ ਵਿੱਚ ਖਿਆਲ ਆਵੇ ਕਿ ਮੈਂ ਆਪਣੇ ਸੈਲਫਿਸ਼ਨੈਸ ਵਾਸਤੇ ਕਾਰੋਬਾਰ ਵਧਾਉਣ ਵਾਸਤੇ ਪੂਜਾ ਪਾਠ ਕਰੀ ਜਾਣਾ ਪਰ ਆਪਣੇ ਹੱਥਾਂ ਦੇ ਨਾਲ ਮੈਂ ਇਹਨਾਂ ਨੂੰ ਬੱਕਰਿਆਂ ਨੂੰ ਦੁਖੀ ਕਰ ਰਿਹਾ ਇਹ ਚੀਕਾਂ ਮਾਰਦੇ ਨੇ ਮੈਂ ਰੱਬ ਤੋਂ ਡਰਦਾ ਨਹੀਂ ਇਦਾਂ ਜਾਨੀ ਦੋ ਥੌਟ ਚੱਲਦੇ ਸਨ ਠੀਕ ਹੈ ਤੁਹਾਡੇ ਅੰਦਰ ਕਿਹਦੇ ਕਿਹਦੇ ਅੰਦਰ ਐਦਾਂ ਥੌਟ ਚੱਲਦੀ ਹੈ ਕਦੀ ਕਦੀ ਲੱਗਦਾ ਹੈ ਕਿ ਅਸੀਂ ਪੇਰੈਂਟਸ ਦੇ obedient ਨਹੀਂ ਆ ਕਦੀ ਕਦੀ ਲੱਗਦਾ ਨੇ ਨਹੀਂ ਨਹੀਂ ਅਸੀਂ ਪੇਰੈਂਟਸ ਨੂੰ ਸਮਝਦੇ ਨਹੀਂ ਆ ਅਸੀਂ ਪੇਰੈਂਟਸ ਦੇ obedient ਆ ਕੌਣ ਕੌਣ ਨੇ ਜਿਨ੍ਹਾਂ ਦੇ ਦੋ ਦੋ ਵਿਚਾਰਾਂ ਚੱਲੀ ਜਾਂਦੀਆਂ ਕਿਵੇਂ ਕਿਵੇਂ ਚੱਲਦਾ ਉੱਚੀ ਉੱਚੀ ਬਤ ਯਾਦ ਮਮਾ ਗੁੱਸੇ ਹੁੰਦੇ ਕਿ ਲੱਗਦਾ ਹੈ ਤੈਨੂੰ ਲੱਗਦਾ ਮੈਂ ਰਾਈਟ ਆ ਅੱਛਾ ਫਿਰ ਕਿਵੇਂ ਪਤਾ ਲੱਗੇ ਜੇ ਆਪਾਂ ਰਾਈਟ ਆ ਤਾਂ ਮਮਾ ਗੁੱਸੇ ਕਿਉਂ ਹੁੰਦੇ ਫਿਰ ਬਾਇ ਨੇਚਰ ਮਮਾ ਗੁੱਸੇ ਕਿਉਂ ਹੁੰਦੇ ਫਿਰ ਓਕੇ ਲੋਪਰੀ ਸਿੰਘ ਉੱਚੀ ਬੋਲਿਆ ਕਰੋ ਉਦਿਆ ਕੋਕਿਓ ਮੇਰੇ ਪਆਇਟ ਜਿਹੜੀ ਮੇਰੀ ਸਟੋਰੀ ਆ ਜਿਹ ਮੇਰੇ ਪਰਸਪੈਕਟਿਵ ਦੀ ਸਟੋਰੀ ਆ ਉਹਨਾਂ ਨੂੰ ਵਨ ਤੋਂ ਸਟਾਰਟ ਦਿੰਦੀ ਪਰ ਇਹਨੂੰ ਸੋਲਵ ਕਰਨਾ ਇਹ ਵੇਆ ਕਿ ਉਹਨਾਂ ਦੀ ਪਰਸਪੈਕਟਿਵ ਵੀ ਹੇਰ ਕਰਕੇ ਉਹਨਾਂ ਦੇ ਸਾਈਡ ਉਹਨਾਂ ਦੇ ਸਾਈਡ ਦੀ ਸਟੋਰੀ ਵਿੱਚ ਵੀ ਕਿ ਸੇਹੀ ਸੀ ਜੀ ਕਿ ਉਹਨਾਂ ਦੀ ਜਿਹੜੀ ਗੱਲ ਸੀਗੀ ਹਾਂਜੀ ਜੈਪਨੀਤ ਉੱਚੀ ਬੋਲਣਾ ਬਟੇ ਲਾਈਵ ਚੱਲ ਰਿਹਾ ਉੱਚੀ ਬੋਲਣਾ ਤਾਂ ਕਿ ਆਵਾਜ਼ ਕਿਨੂ ਕਿਨੂ ਕਦੇ ਕਦੇ ਲੱਗਦਾ ਹੈ ਕਿ ਅਸੀਂ ਰਾਈਟ ਆਂ ਫਿਰ ਵੀ ਸਾਡੇ ਪੇਰੈਂਟਸ ਸਾਨੂੰ ਕੁਝ ਨਾ ਕੁਝ ਕਹਿੰਦੇ ਰਹਿੰਦੇ ਨੇ ਬੋਲ ਸਾਨੂੰ ਹਰਟ ਕਰਦੇ ਨੇ ਕਿਨੂ ਕਿਨੂ ਲੱਗਦਾ ਐਕਸਪਲੇਨ ਕਰ ਲਾਈਵ ਕਰਕੇ ਅੱਛਾ ਹਾਂਜੀ ਕਿਨੂ ਕਿਨੂ ਲੱਗਦਾ ਹੈ ਕਿ ਸਮ ਟਾਈਮ ਪੇਰੈਂਟਸ ਦੇ ਅੰਦਰ ਮਿਸ ਅੰਡਰਸਟੈਂਡਿੰਗ ਵੀ ਹੁੰਦੀ ਆ ਹੋ ਸਕਦਾ ਅਸੀਂ ਰਾਈਟ ਹੋਈਏ ਪਰ ਉਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੈ ਹੈਨਾ ਤੇ ਉਸ ਕਰਕੇ ਵੀ ਉਹ ਗੁੱਸੇ ਹੁੰਦੇ ਨੇ ਕਿਨੂੰ ਕਿਨੂੰ ਲੱਗਦਾ ਇਸ ਸਮ ਟਾਈਮ ਉਹ ਸਮਝ ਨਹੀਂ ਪਾਉਂਦੇ ਗੱਲ ਨੂੰ ਕੋਈ ਇੱਕ ਐਗਜ਼ਾਮਪਲ ਦੇਵੋਗੇ ਮਿਲਨ ਇੱਕ ਐਗਜ਼ਾਮਪਲ ਦਿਆ ਫੋਰ ਐਗਜ਼ਾਮਪਲ ਤੇ ਵੀ ਨੋ ਪਿੱਛੋ ਉੱਚੀ ਹਾਂ ਲਾਈਕ ਕਿਸੇ ਜਗਾ ਕੁਛ ਹਨਾ ওভারਵਮ ਹੋ ਜਾਂਦਾ ਪੇਟੀ ਇਸ ਤਰ੍ਹਾਂ ਲੱਗ ਜਾਂਦਾ ਫਿਰ ਮਮੂ ਨੇ ਇਹਦੇ ਸਮਝਿਆ ਲਾ ਦਿੱ ਫਿਰ ਮੈਨੂੰ ਉੱਥੇ ਨੇ ਖੰਡਾ ਕਰਦਾ ਤੇ ਮਮੂ ਨੇ ਸਮਝਾਉਣਾ ਪੈਂਦਾ ਕੀ ਕੀ ਕਹਿ ਰਿਹਾ ਤੇ ਇਹਨੂੰ ਸਮਝਾਉਣਾ ਪੈਂਦਾ ਕਿ ਮਮੂ ਕੀ ਕਹਿ ਰਿਹਾ ਹਾਂਜੀ ਉੱਚ ਇੱਕ ਕੋਈ ਜਿਵੇਂ ਦਾ ਮੇਰੇ ਰੂਮ ਚ ਵੀ ਚੀਜ਼ ਸੀਗੀ ਉਹਨੇ ਕੋਈ ਜਿਵੇਂ ਤੱਕ ਪੀ ਕੋਡੇ ਤੇ ਰੱਖੀ ਸੀ ਜੇ ਕਿ ਮੈਨੂੰ ਪੱਕਾ ਯਾਦ ਆ ਕਿ ਮੈਂ

ओके ਸਮ ਟਾਈਮ ਇਦਾਂ ਵੀ ਹੁੰਦਾ ਹੈ ਕਿ ਕੋਈ ਹੈਪਨਿੰਗ ਹੋਈ ਤੁਹਾਡੀ ਡਸਨਟ ਮੈਟਰ ਹੋ ਤੁਹਾਡੇ ਕੱਲਿਆ ਨਾਲ ਰਿਲੇਟਡ ਹੈ ਜਾਂ ਤੁਹਾਡੇ ਬ੍ਰਦਰ ਸਿਸਟਰ ਨਾਲ ਰਿਲੇਟਡ ਹੈ ਜਾਂ ਦੋਨਾਂ ਨਾਲ ਰਿਲੇਟਡ ਹੈ ਤੁਹਾਨੂੰ ਪਤਾ ਲੱਗਿਆ ਕਿ ਗੱਲ ਕੁਝ ਹੋਰ ਸੀ ਪੇਰੈਂਟਸ ਨੂੰ ਕੁਝ ਹੋਰ ਲੱਗਿਆ ਹੈਨਾ ਕਦੀ ਸਮਝ ਆ ਜਾਂਦਾ ਇਦਾਂ ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਕੰਟਰੋਲ ਕਰਦੇ ਹੋ ਜਦੋਂ ਪਤਾ ਲੱਗਦਾ ਵੀ ਇੱਥੇ ਮੈਂ ਗਲਤ ਨਹੀਂ ਮੇਰੇ ਉਹਦੇ باوجود ਵੀ ਮੈਨੂੰ ਜਿਹੜੀ ਐ ਸਕੋਲਡਿੰਗ ਹੋ ਗਈ ਐ ਉੱਥੇ ਫਿਰ ਕੀ ਕਰਦੇ ਹੋ ਹਾਂਜੀ ਮੈਂ ਤੇ ਦੀਦੀ ਜਾ ਕੇ ਮਮਾ ਨੂੰ ਦੱਸਦੇ ਆਂ ਕਿ ਅਸੀਂ ਸਿਰਫ ਗੱਲਾਂ ਕਰ ਗਏ ਪਿੱਛੇ ਗੱਲਾਂ ਜੋ ਗੁੱਸੇ ਚ ਹੋਣ ਨਾ ਸਮਝਣ ਫਿਰ ਵੀ ਨਾ ਸਮਝਣ ਕਦੇ ਇਦਾਂ ਵੀ ਹੁੰਦਾ ਸਮ੍ਰਿਥ ਫਿਰ ਅਸੀਂ ਜਿਵੇਂ ਵੇਟ ਕਰ ਲੈਂਦੇ ਆ ਉਹਨਾਂ ਜਦੋਂ ਵੇਟ ਕਰਦੇ ਆ ਕਦੇ ਕਦੇ ਇਦਾਂ ਵੀ ਹੁੰਦਾ ਕਿ ਤੁਸੀਂ ਸਹੀ ਹੋ ਮੰਮੀ ਡੈਡੀ ਨੂੰ ਕੁਝ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਤੇ ਉਹ ਗੁੱਸੇ ਹੋ ਗਏ ਨੇ ਤੇ ਆਪਾਂ ਫਿਰ ਵੀ ਘਰ ਦਾ ਮਾਹੌਲ ਬਣਾਉਣ ਵਾਸਤੇ ਚੁੱਪ ਕਰਦੇ ਆ ਤੇ ਉਹਨਾਂ ਨੂੰ ਤੁਹਾਡੀ ਚੁੱਪ ਵੀ ਫਿਰ ਹੋਰ ਉਲਟ ਲੱਗਦੀ ਹੈ ਐਦਾਂ ਵੀ ਹੁੰਦਾ ਫਿਰ ਕੀ ਕਰ ਦਵਾਂ ਮੰਨ ਲਓ ਸਾਹਮਣੇ ਵਾਲੇ ਨੂੰ ਮਿਸ ਅੰਡਰਸਟੈਂਡਿੰਗ ਹੈ ਸਾਨੂੰ ਪਤਾ ਵੀ ਮੈਂ ਮੈਂ ਠੀਕ ਸੀ ਹੈਨਾ ਉਹ ਗੁੱਸੇ ਹੋਏ ਤੁਸੀਂ ਚੁੱਪ ਹੋਏ ਉਹਨਾਂ ਨੂੰ ਚੁੱਪ ਵੀ ਉਦਾਂ ਲੱਗੀ ਫਿਰ ਕੀ ਕਰਦੇ ਹੋ ਹਾਂਜੀ نو ਪਲੀਜ਼ ਹਾਂ ਮੇਕ ਸ਼ੁਰ ਤੂੰ ਨਾ ਇਧਰ ਨੂੰ ਹੋ ਜਾਣਾ ਇਹ ਇਹਦੇ ਓਲੇ ਹੋ ਰਹੇ ਆ ਕੈਮਰੇ ਦੇ ਸਾਹਮਣੇ ਰਹਾ ਹਾਂ ਓਕੇ ਜੇ ਮੈਂ ਆ ਜੋ ਹਨਾ ਕੋਈ ਨਾ ਚਾਈ ਕਰਾ ਜੋ ਹਨਾ ਮੇਰੇ ਸਾਹਮਣੇ ਰਹਾ ਵਾ ਓਕੇ ਫਿਰ ਜੇ ਤਾ ਉਹ ਔਰ ਨਾ ਨਰਮਾਈ ਤੋਂ ਹੋ ਜੂਗਾ ਕਿ ਬੇ ਕੀ ਚੁੱਪ ਹਾਂਜੀ ਦੀ ਬਸ ਜੀ ਦਾ ਆ ਨਾ ਪੱਡੇ ਡੈਡੀ ਨਾਲ ਸੁਝਾਉਂਦੇ ਆ। ਹਦ ਮਮੀ ਡੈਡੀ ਨੂੰ ਪਤਾ ਵੀ ਆਏ ਵੀ ਕਦੇ ਕਦੇ ਸਾਨੂੰ ਵਸ ਅੰਡਰਸਟੈਂਡਿੰਗ ਹੋ ਜਾਂਦੀ ਹੈ। ਫਿਰ ਕੀ ਹੁੰਦਾ ਬਾਅਦ ਦੇ ਵਿੱਚ ਰਿਐਕਸ਼ਨ ਕੀ ਹੁੰਦਾ? ਮੰਨ ਲਓ ਕੋਈ ਐਸੀ ਹੈਪਨਿੰਗ ਹੋਈ ਛੋਟੀ ਜੀ ਹੈ ਨਾ। ਮਮੀ ਡੈਡੀ ਨੂੰ ਗੁੱਸਾ ਆਇਆ। ਤੁਸੀਂ ਸਹੀ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਮੈਂ ਤਾਂ ਇਮੀਡੀਏਟ ਕਿ ਲਿਆ। ਕਦੀ ਇਦਾਂ ਹੋਇਆ? ਫਿਰ ਫਿਰ ਉਹਨਾਂ ਦਾ ਉਦੋਂ ਬਾਅਦ ਰਿਐਕਟ ਕੀ ਹੁੰਦਾ? ਹਾਂ ਜੀ। ਉਹਨਿਕ ਹੱਟ ਕਰਦੇ ਆ ਪਿਆਰ ਕਰਦੇ ਆ ਸੌਰੀ ਬੰਗਦੇ ਆ ਫਿਰ ਲਾਈਕ ਸਾਡੇ ਨਾਲ ਬੈਠ ਕੇ ਸਾਡੇ ਨਾਲ ਗੱਲਾਂ ਵੀ ਕਰਦੇ ਆ ਉਹਨਾਂ ਨੂੰ ਫਿਰ ਹੁੰਦਾ ਕਿ ਅਸੀਂ ਕਹਤਾ ਪਰ ਫਿਰ ਅਸੀਂ ਵੀ ਮੰਨ ਲੈਂਦੇ ਕਿ ਉਹ ਸਿਚੁਏਸ਼ਨ ਕੋਈ ਵੀ ਰਿਤਾ ਹੋ ਜਾਂਦਾ ਲਿਖੋ ਬੇਟੇ ਇਹ ਸਾਰੇ ਜਿਹੜੇ ਸਾਈਨਸ ਨੇ ਦੀਸ ਸਾਈਨਸ ਆ ਰ ਐਜ਼ ਅ ਹਿਊਮਨ ਨੇਚਰ ਇਹ ਹਿਊਮਨ ਨੇਚਰ ਮੁਤਾਬਕ ਰਹਿਣਗੇ ਇਹਨੂੰ ਕਹਿੰਦੇ ਨੇ ਫੈਮਿਲੀ ਲਾਈਫ ਦਾ ਜੰਗਾਲ ਇਹਦੇ ਤੋਂ ਡਰ ਕੇ ਜੋਗੀ ਪਹਾੜਾਂ ਦੀਆਂ ਕੰਦਰਾਂ ਤੇ ਜਾਂਦੇ ਸਨ ਤੇ ਅਸੀਂ ਇਸ ਨੂੰ ਫੇਸ ਕਰਨਾ ਹੈ ਠੀਕ ਹੈ ਇਹਨੂੰ ਫੇਸ ਕਰਨ ਵਾਸਤੇ ਕੀ ਚਾਹੀਦਾ ਤੁਹਾਡੇ ਕੋਲੇ ਕੀ ਕਰੋਗੇ ਤੁਸੀਂ ਦੋ ਚੀਜ਼ਾਂ ਗੈਸ ਕਰੋ ਦੋ ਚੀਜ਼ਾਂ ਚਾਹੀਦੀਆਂ ਇਹਦੇ ਵਾਸਤੇ ਹਾਂਜੀ ਸਹਿਜ ਹੋਰ ਚੁੱਪ ਇੱਕ ਸਹਿਜ ਇੱਕ ਚੁੱਪ ਠੀਕ ਹੈ ਮੈਨਾਂ ਅੱਜ ਕਿ ਰੱਖੀ ਸੀ ਥਾਟ ਚੁੱਪ ਜਿਹੜੀ ਹੈ ਉਹ ਆਪਣੇ ਆਪ ਨੂੰ ਕੰਟਰੋਲ ਕਰਨ ਵਾਸਤੇ ਵਰਤੀਦੀ ਹੈ ਠੀਕ ਹੈ ਨਾ ਨੰਬਰ 2 ਲਿਖ ਲਓ ਹਮੇਸ਼ਾ ਐਸੀ ਸਿਚੁਏਸ਼ਨ ਦੇ ਵਿੱਚ ਚੁੱਪ ਨੂੰ ਵਰਤਣਾ ਹੈ ਆਪਣੇ ਆਪ ਨੂੰ ਕੰਟਰੋਲ ਕਰਨ ਵਾਸਤੇ ਦੂਸਰਾ ਘਰ ਦੇ ਮਾਹੌਲ ਨੂੰ ਵਧੀਆ ਬਣਾ ਕੇ ਰੱਖਣ ਵਾਸਤੇ ਤਾਂ ਕਿ ਅਸੀਂ ਬੀਜ-ਬੀਜ ਸਕੀਏ ਕਿ ਇਹ ਮਾਹੌਲ ਹੋਰ ਖਰਾਬ ਨਾ ਹੋਵੇ ਤੀਸਰੀ ਬਾਤ ਜੇ ਤੁਹਾਡੀ ਚੁੱਪ ਵੀ ਅਗਰ ਪੇਰੈਂਟਸ ਨੂੰ ਉਲਟ ਲੱਗਦੀ ਹੈ ਤਾਂ ਉਥੇ ਕੀ ਕਰਨਾ ਹੈ ਮਿਲਨ ਸਿਮਰਿਤ ਤੁਹਾਡੀ ਚੁੱਪ ਵੀ ਪੇਰੈਂਟਸ ਨੂੰ ਪੇਰੈਂਟਸ ਨੂੰ ਟੀਚਰ ਨੂੰ ਕਿਤੇ ਵੀ ਮਿਸ ਅੰਡਰਸਟੈਂਡਿੰਗ ਹੋ ਸਕਦੀ ਹੈ ਠੀਕ ਹੈ ਨਾ ਮੰਨ ਲਓ ਮੈਨੂੰ ਮਿਸ ਅੰਡਰਸਟੈਂਡਿੰਗ ਹੈ ਤੁਸੀਂ ਰਾਈਟ ਹੋ ਮੈਂ ਕੁਝ ਕਹਿ ਬੈਠਾ ਮੈਂ ਤੁਹਾਨੂੰ ਕੌੜਾ ਬੋਲ ਬੈਠਾ ਹਣਾ ਤੁਸੀਂ ਚੁੱਪ ਹੋ ਗਏ ਮੈਨੂੰ ਹੋਰ ਉਲਟ ਲੱਗਿਆ ਮੈਨੂੰ ਲੱਗਿਆ ਜਾਣ ਬੁਝ ਕੇ ਇਹੋ ਕਰਦੇ ਨੇ ਹੈਨਾ ਤੇ ਫਿਰ ਕੀ ਕਰਨਾ ਚਾਹੀਦਾ ਸਾਨੂੰ ਜਦੋਂ ਸਾਡੀ ਚੁੱਪ ਵੀ ਨਾ ਸਮਝਾਵੇ ਪੇਰੈਂਟਸ ਨੂੰ ਟੀਚਰ ਨੂੰ ਫਿਰ ਕੀ ਕਰੇ ਇੱਕ ਤਾਂ ਤੁਹਾਡਾ ਪਹਿਲਾ ਪੁਆਇੰਟ ਸੀ ਵੇਟ ਕਰਨਾ ਚਾਹੀਦਾ ਤੁਰੰਤ ਕੀ ਕਰਨਾ ਚਾਹੀਦਾ ਉਸੇ ਵੇਲੇ ਔਨ ਦੀ ਸਪੌਟ ਕੀ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਬੱਚੇ ਰੋਮ ਰੋਮ ਵਿੱਚੋਂ ਅਰਦਾਸ ਕਰੋ ਹੈਨਾ ਔਰ ਉਸ ਵੇਲੇ ਰੋਮ ਰੋਮ ਵਿੱਚੋਂ ਅਰਦਾਸ ਨਿਕਲੇਗੀ ਤੁਸੀਂ ਤਾਂ ਮੇਰੇ ਨਾਲ ਵੀ ਸਹਿਣੇ ਹੋਗੇ ਇਹਨਾਂ ਦੁਆ ਨੂੰ ਛੱਡ ਕੇ ਬਾਕੀ ਸਾਰੇ ਸੋਚਦੇ ਨੇ ਵੀ ਆਪਦੇ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਤੁਸੀਂ ਬਹੁਤ ਕੁਝ ਸਿਖਾ ਸਕਦੇ ਹੋ ਜਾਂ ਆਪ ਸਿੱਖ ਜਾਓਗੇ ਕੌਣ ਕੌਣ ਨੇ ਜਿਨ੍ਹਾਂ ਨੂੰ ਇਹ ਰਿਅਲਾਈਜ਼ ਹੋ ਰਿਹਾ ਕਿ ਜੇ ਤੁਸੀਂ ਸਿੱਖ ਜਾਓਗੇ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿਖਾ ਸਕਦੇ ਹੋ ਇਕ ਤਾਂ ਈਸ਼ਵਰ ਜੋਤ ਕਹਿੰਦਾ ਨਹੀਂ 1 2 ਦਉ ਬੀਜੀ ਨੂੰ ਲਾਂਭਾ ਵੀ ਤੇਰੇ ਉਧਰੋਂ ਆਇਆ ਹੋਇਆ ਪਾਣੀ ਐ ਇਹ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਉਧਰ ਈਸ਼ਵਰ ਜੋਤ ਵੀ ਉਧਰ ਹੀ ਬੈਠਾ ਹਾਂਜੀ ਓਕੇ ਨੈਕਸਟ ਕੁਐਸਚਨ ਕੁਐਸਚਨ ਨੰਬਰ 5 ਭਗਤ ਸਦਨਾ ਜੀ ਨੂੰ ਵਾਹ ਗਰੂ ਭਗਤ ਸਦਨਾ ਜੀ ਨੇ ਗ੍ਰਾਹਕ ਨੂੰ ਮਾਲਸ ਵੇਚਣ ਤੋਂ ਕਿਉਂ ਮਨਾ ਕੀਤਾ ਸੀ ਬਜ਼ਰ ਕੀਦਾ ਪਹਿਲਾਂ ਵੱਜਿਆ Okay. ਉੱਚੀ ਬੋਲ ਉੱਚੀ ਉੱਚੀ ਬੋਲ ਆਵਾਜ਼ ਨਹੀਂ ਆ ਰਹੀ ਅੱਛਾ ਭਗਤ ਸਦਨਾ ਜੀ ਨੇ ਕੀ ਕਿਹਾ ਸੀ ਜਦੋਂ ਜਵਾਬ ਦਿੱਤਾ ਸੀ ਨਵਨੂਰ ਹਾਂ ਤੁਹਾਡਾ ਹੁਣ ਉੱਥੇ ਕੌਣ ਹੈਗਾ ਰਜੈਨਾ ਹੈਗਾ ਕੋਈ ਕੌਣ ਹੈਗਾ ਤੇਰੇ ਦਾਦਾ ਜੀ ਉਰੇ ਮੇਰੇ ਦਾਦਾ ਜੀ ਇੱਥੇ ਅੱਛਾ ਉਹ ਉਹ ਘਰ ਵੇਚਦਾ ਹੋ ਕਮੈਂਡਸ ਆਲਾ ਅੱਛਾ ਅੱਛਾ ਜਦੋਂ ਅਸੀਂ ਤੁਹਾਡੇ ਘਰ ਦੇ ਕੋਲ ਕਰ ਲਿਆ ਤੁਸੀਂ ਵੇਚ ਕੇ ਇੱਥੇ ਆ ਗਏ ਤੁਹਾਨੂੰ ਪਤਾ ਮੈਂ ਕੈਂਪ ਲਾਉਣ ਜਾ ਰਿਹਾ ਹਾਂ ਉੱਥੇ ਰਜੈਨਾ ਦੋ ਦਿਨ ਦਾ ਦੋ ਤੇ ਤਿੰਨ ਤਰੀਕਾਂ ਜੀ ਅਧਾਨੀ ਮੈਨੂੰ ਤੂੰ ਹੱਥ ਖੜਾ ਕੀਤਾ। ਸੋ ਕੁਐਸਚਨ ਇਹ ਸੀ ਕਿ ਉਹਨਾਂ ਨੇ ਉਹਨਾਂ ਨੇ ਸੋਚਿਆ ਕਿ ਉਹ ਗਲਤ ਕਰ ਦੇ ਪਏ ਕਿ ਇਹ ਜਿਹੜਾ ਬੱਕਰਾ ਆ ਇਹ ਦਿਨ ਇਹ ਰਾਤ ਨੂੰ ਤੱਕੂਗਾ ਤੇ ਅੱਜ ਕੁਐਸਚਨ ਨੂੰ ਪ੍ਰੋਪਰ ਸਮਝੋ ਜੇ ਮੈਂ ਤੈਨੂੰ ਹੁਣ ਮਾਸ ਦੇਣ ਲਈ ਬੱਕਰੇ ਨੂੰ ਮਾਰਾਂਗਾ ਤਸਵੀਰ ਤੱਕੇ ਮਾਸ ਖਰਾਬ ਹੋ ਦੇ ਜਾਏਗਾ ਤੇ ਮੈਂ ਤੈਨੂੰ ਨਹੀਂ ਦੇ ਸਕਦਾ ਤੂੰ ਸਵੇਰੇ ਆ ਕੇ ਲੈ ਜਾਵੀਂ ਆ ਕਿਹਾ ਸੀ। ਕੋਸ਼ਿਸ਼ ਕਰੀਦੀ ਹੁੰਦੀ ਹੈ ਹੈਪਨਿੰਗਸ ਟਾਈਮਿੰਗ ਕਰੈਕਟਰਸ ਕੋਈ ਟੀਚਿੰਗਸ ਉਹਨੂੰ ਅੰਡਰਲਾਈਨ ਕਰ ਲਈਦਾ ਹੁੰਦਾ ਠੀਕ ਹੈ ਨਾ ਓਕੇ 6 ਨੰਬਰ ਕੁਐਸਚਨ ਜਦੋਂ ਸਧਨਾ ਜੀ ਨੂੰ ਲੱਗਿਆ ਕਿ ਮੈਂ ਸੱਚਮੁੱਚ ਹੀ ਪਾਪ ਕਰ ਰਿਹਾ ਤਾਂ ਉਸ ਸਮੇਂ ਭਗਤ ਸਧਨਾ ਜੀ ਨੇ ਗ੍ਰਾਹਕ ਨੂੰ ਕੀ ਕਿਹਾ ਕੀ ਕੀਤਾ ਉਹਨਾਂ ਨੇ ਹਾਂਜੀ ਗੁਰシャン ਉਹਨਾਂ ਨੇ ਕਿਹਾ ਸੀ ਵੀ ਵੀ ਇੱਕ ਵੀ ਮੇਰੀ ਐਂਸਮਾ ਸ਼ੁਰੂ ਨਹੀਂ ਹੋ ਰਿਹਾ ਤਾਂ ਮੈਂ ਡਰਾਈਵਰ ਹਾਂ। ਹਾਂ, ਓਕੇ। ਜੀ ਉਹਨਾਂ ਨੇ ਕਿਹਾ ਸੀ ਕਿ ਇਹ ਜੀ ਮੈਂ ਰਾਤ ਨੂੰ ਇਹ ਵੀ ਲੱਤ ਕਰਦੀ ਸੀ। ਇਹਨੇ ਰਾਤ ਨੂੰ ਤੱਪਣਾ ਜੀ। ਪੈਰ ਤੇ ਜੇ ਮੈਂ ਜੀ ਮੈਂ ਪਤਨ ਜੀ ਇੱਕ ਬਾਹ ਬੀਤੀ। ਹਾਂ ਜੀ ਕੰਦੇਮ ਸੰ। ਜੇ ਉਹਨਾਂ ਨੇ ਕਿਹਾ ਸੀ ਮੈਂ ਇਹ ਦਿੱਤਾ ਤਾਂ ਘਟਦੀ ਇਹ ਸਰੀਰਕ ਤਰਫੂਗਾ। ਤੁਹਾਨੂੰ ਤਰਫਣਾ ਨਹੀਂ ਨੂੰ। ਜੀ ਆਸੀ ਸਾਹ। ਦੇਖੋ ਬੇਟੇ ਮੇਰਾ ਇੱਕ ਫਰਜ਼ ਹੈ ਮੇਰੀ ਰਿਸਪੌਂਸਿਬਿਲਟੀ ਹੈ ਕਿ ਤੁਹਾਨੂੰ ਇੱਕ ਤਾਂ ਸਟੱਡੀ ਕਰਨੀ ਸਿਖਾਵਾਂ ਠੀਕ ਹੈ ਫਿਰ ਉਸ ਨੂੰ ਯਾਦ ਕਿਵੇਂ ਕਰਨਾ ਹੈ ਉਹਨੂੰ ਸਿਖਾਵਾਂ ਫਿਰ ਉਹਦੀ ਰੂਹ ਨੂੰ ਕਿਵੇਂ ਪકડਣਾ ਹੈ ਇੰਨਾ ਕੁਝ ਕਹਿਣ ਦੀ ਲੋੜ ਨਹੀਂ ਇੱਕੋ ਹੀ ਗੱਲ ਹੈ ਕਿ ਸਧਨਾ ਜੀ ਨੇ ਵਾਪਸ ਆ ਕੇ ਗ੍ਰਾਹਕ ਨੂੰ ਮਾਸ ਦੇਣ ਤੋਂ ਨਾ ਕਰ ਦਿੱਤੀ ਠੀਕ ਹੈ ਨਾ ਓਕੇ ਦੇਖਦੇ ਹਾਂ ਹੁਣ ਬਜ਼ਰ ਕੀ ਦਾ ਚੱਲੇਗਾ ਪਹਿਲਾਂ ਕੁਐਸਚਨ ਨੰਬਰ 7 ਜਦੋਂ ਸਾਰੀ ਰਾਤ ਭਗਤ ਸਦਨਾ ਜੀ ਨੂੰ ਨੀਂਦ ਨਹੀਂ ਆਈ ਤਾਂ ਅਗਲੇ ਦਿਨ ਉਹਨਾਂ ਨੇ ਕੀ ਕੀਤਾ ਨਵਨੂਰ ਹੂੰ ਕੁਝ ਹੋਰ ਵੀ ਕੀਤਾ ਸੀ ਲੋਪਰੀ ਸਿੰਘ ਉਹਨਾਂ ਨੇ ਸ਼ਾਇਦ ਕਿ ਕੁਆਇਡ ਨੌਲੇਜ ਸਿੱਖ ਕੇ ਤੇ ਉਹਨਾਂ ਨੇ ਦੂਸਰਿਆਂ ਦਾ ਸ਼ੇਖ ਕੀਤਾ ਸੀ ਕਿ ਆਪਾਂ ਗੁਰੂ ਦੀ ਤੋੜਨਾ ਹੈ ਕਿ ਅਸੀਂ ਗੁਰੂ ਰਿਆ ਕਰਨ ਉਹਨਾਂ ਨੇ ਕਸਾਈ ਪੁਣੇ ਦਾ ਜਿਹੜਾ ਬਿਜ਼ਨਸ ਸੀ ਉਹ ਛੱਡ ਦਿੱਤਾ ਤੇ ਰੱਬੀ ਦੇ ਉਪਦੇਸ਼ਾਂ ਅਨਸਾਰ ਪਰਪਕਾਰੀ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਬੇਟੇ ਇੱਕ ਚੀਜ਼ ਨੋਟ ਕਰ ਲਿਓ ਭਗਤ ਤੇ ਗੁਰੂ ਸਾਹਿਬਾਨ ਉਹਨਾਂ ਨੇ ਦੂਸਰਿਆਂ ਲਈ ਜਿਉਿਆ ਇੱਕ ਸਾਡੇ ਕੋਲੇ ਆਪਣਾ ਹੁੰਦਾ ਹੈ ਆਪਣਾ ਆਪਣੇ ਪਰਿਵਾਰ ਦਾ ਮਿਸ਼ਨ ਹੁੰਦੇ ਨੇ ਲੱਗ ਲੱਗ ਇੱਕ ਹੁੰਦਾ ਦੂਜਿਆਂ ਦੇ ਲਈ ਜਿਉਣਾ ਕੌਣ ਕੌਣ ਨੇ ਜਿਹੜੇ ਦੂਜਿਆਂ ਲਈ ਜਿਉਣਾ ਪਰਪਕਾਰ ਪ੍ਰੈਕਟੀਕਲ ਲੈ ਕੇ ਆਉਣਗੇ ਆਪਣੇ ਅੰਦਰ ਓਕੇ ਅੱਜ ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਇੱਥੇ ਜਿਹੜੇ ਜਦੋਂ ਆਪਾਂ ਕਿਸੇ ਨੂੰ ਦੱਸਦੇ ਆ ਈਵਨ ਧੋ ਕਿ ਜਦੋਂ ਸਿੱਖ ਕਮਿਊਨਿਟੀ ਵਿੱਚ ਵੀ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਸਿਰਫ ਸਿੱਖੀਜ਼ਮ ਦੱਸਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਾਊ ਕੈਨ ਵੀ ਮੈਨੇਜ आवर ਲਾਈਫ ਹਾਊ ਕੈਨ ਵੀ ਮੈਨੇਜ आवर ਇਮੋਸ਼ਨਸ ਸੈਂਟੀਮੈਂਟਸ ਇਤੈਟਰਾ ਇਹ ਨਹੀਂ ਦੱਸਿਆ ਜਾ ਰਿਹਾ ਹੈਨਾ ਐਮ ਆਈ ਰਾਈਟ ਸਿੱਖੀਜ਼ਮ ਦੱਸਿਆ ਜਾ ਰਿਹਾ ਜਦ ਕਿ ਅਸੀਂ ਘਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੇ ਮਾਰ ਖਾ ਰਹੇ ਆ ਆਪਣੇ ਬੱਚਿਆਂ ਨੂੰ ਗੁਰੂਗ੍ਰੰਥ ਸਾਹਿਬ ਦੀ ਨੌਲੇਜ ਦੇਣ ਵਾਸਤੇ ਮਾਰ ਖਾ ਰਹੇ ਆ ਠੀਕ ਹੈ ਤਾਂ ਮੇਰਾ ਇੱਕ ਬਿਜ਼ਨ ਹੈ ਕਿ ਇੱਥੇ ਜਿਹੜੇ ਛੋਟੇ ਛੋਟੇ ਸ਼ਹਿਰ ਨੇ ਗੋਰੀਆਂ ਦੇ ਉਹਨਾਂ ਦੇ ਵਿੱਚ ਜਾ ਕੇ ਦੱਸਣਾ ਕਿ ਗੁਰੂਗ੍ਰੰਥ ਸਾਹਿਬ ਦੀ ਬਾਣੀ ਅੰਦਰ ਕਿਹੜੇ ਕਿਹੜੇ ਕਨਸੈਪਟ ਨੇ ਕਿਹਾ ਸੀ ਫੈਮਿਲੀ ਨੂੰ ਕਿਵੇਂ ਮਾਈਨਸ ਕਰ ਸਕਦੇ ਆ ਸਿੱਖਿਜ਼ਮ ਕੀ ਹੈ ਸਿੱਖਿਜ਼ਮ ਲੰਗਰ ਚਲਾਉਂਦੇ ਨੇ ਨਗਰ ਕੀਰਤਨ ਕਰਦੇ ਨੇ ਇਹ ਪਰਪਰਵਕਾਰ ਕਰਦੇ ਨੇ ਦਿਸ ਇਜ਼ ਅ ਵਨ ਪਾਰਟ ਸੈਕੰਡ ਇੰਪੋਰਟੈਂਟ ਪਾਰਟ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੀ ਫੈਮਿਲੀ ਨੂੰ ਮੈਨੇਜ ਕਰਦੇ ਨੇ ਫੈਮਿਲੀ এনवायरमेंट ਨੂੰ ਮੈਨੇਜ ਕਰਦੇ ਨੇ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਆਪਣੇ ਬੱਚਿਆਂ ਨੂੰ obedident ਬਣਾਉਣ ਵਾਸਤੇ ਉਹਨਾਂ ਦੀ ਫੀਲਿੰਗਸ ਸੈਂਟੀਮੈਂਟਸ ਨੂੰ ਮੈਨੇਜ ਕਰਦੇ ਨੇ ਤਾਂ ਕੌਣ-ਕੌਣ ਨੇ ਤੁਹਾਡੇ ਚੋਂ ਜਿਹੜੇ ਸਿੱਖ ਕੇ ਗੋਰੀਆਂ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਜਾ ਕੇ ਇੰਗਲਿਸ਼ ਵਿੱਚ ਪ੍ਰਚਾਰ ਕਰਨਗੇ ਬੋਲੇ ਸੋ ਨਿਹਾਲ ਸਮ੍ਰੀਤੋਂ ਹੈ ਦੱਸਿਆ ਨਹੀਂ ਦਵਾਰੇ ਕਰ ਹਲ ਵੀ ਨਹੀਂ ਦੱਸਿਆ ਨਹੀਂ ਦੱਸਿਆ ਹਰਜਿੰਦਰ ਲਾਈਵ ਦੇਖ ਰਿਆ ਤੇਰਾ ਹੱਥ ਵੀ ਨੇ ਉੱਪਰ ਆ ਰਿਹਾ ਹਰਜਿੰਦਰ ਲਾਈਵ ਦੇਖ ਰਿਆ ਹਾਂ ਹੁਣ ਕਿਆ ਆ ਰਿਹਾ ਉਹਨੇ ਕਮੈਂਟ ਪਾਤਾ ਕਹਿੰਦੇ ਆ ਗਿਆ ਹੁਣ ਮੈਨੂੰ ਹੱਥ ਦੱਸਿਆ ਕਹਿੰਦੇ ਓਕੇ 8 ਨੰਬਰ ਕੁਐਸਚਨ ਪਾਕ ਤਾਂ ਸਦਨਾ ਜੀ ਦੀ ਵਿਚਾਰ ਧਾਰਾ ਅਨਸਾਰ ਰੱਬੀ ਉਪਦੇਸ਼ਾਂ ਅਨਸਾਰ ਕੀ ਬਦਲਣਾ ਚਾਹੀਦਾ ਬਜ਼ਰ ਤੁਹਾਡਾ ਬਜ਼ਰ ਨਹੀਂ ਚੱਲਿਆ ਇਕੋ ਹੀ ਚੱਲਿਆ ਹਾਂਜੀ ਹਾਂਜੀ ਉਹਨਾਂ ਦੇ ਇਲੈਕਟ੍ਰਿਕ ਦੇ ਪਿਛਲੇ ਪੁਰਾਣੇ ਡੀਸੀ ਉਹਨਾਂ ਉਹਨਾਂ ਲਿਖੇ ਕਰਾ ਪਛੜਦਾ ਦੋਨੋਂ ਥੋੜੀ ਹਾਰਸਪੇਰ ਬੈਗ ਉਹਨਾਂ ਲਈ ਇਹ ਤੇ ਹਾਂਜੀ ਸਾਨੂੰ ਹਮੇ ਅੱਗੇ ਜਿਵੇਂ ਟਾਈਮ ਸਾਨੂੰ ਆਪਣੀ ਬੀਨ ਨੂੰ ਕਲੀਨ ਕਰਨਾ ਥੌਟਸ ਨੂੰ ਕਲੀਨ ਕਰਨਾ ਕਿ ਅਲਪਾ ਜੀ ਕੁਝ ਗਲਤ ਕਰ ਰਹਾ ਤੇ ਆਪਾਂ ਆਪਣੇ ਆਪ ਨੂੰ ਚੇਂਜ ਕਰ ਦੋ ਚੀਜ਼ਾਂ ਚੇਂਜ ਕਰਨੀਆਂ ਨੇ ਕਿਹੜੀਆਂ ਕਿਹੜੀਆਂ ਸੋਚ ਤੇ ਸੁਭਾਅੋ ਠੀਕ ਹੈ ਸੋਚ ਤੇ ਸੁਭਾਅ ਨੂੰ ਕਿਵੇਂ ਚੇਂਜ ਕਰੋਗੇ ਕੌਣ ਕੌਣ ਨੇ ਜਿਹੜੇ ਆਪਣੇ ਸੁਭਾਅ ਨੂੰ ਚੇਂਜ ਕਰਨਾ ਚਾਹੁੰਦੇ ਨੇ ਤੇ ਕੀ ਕੀ ਚੇਂਜ ਕਰਨਾ ਚਾਹੁੰਦੇ ਕੋਈ ਤਿੰਨ ਚੀਜ਼ਾਂ ਤਿੰਨ ਗੱਲਾਂ ਦੱਸਣੀਆਂ ਨੇ ਜਸਲੀਨ ਆਪਣੇ ਸੁਭਾਅ ਵਿੱਚੋਂ ਕਿਹੜੀਆਂ ਤਿੰਨ ਚੀਜ਼ਾਂ ਬਦਲਣੀਆਂ ਨੇ ਜ਼ਿਆਦਾ ਟੀਵੀ ਨਹੀਂ ਦੇਖਣਾ ਜ਼ਿਆਦਾ ਟੀਵੀ ਨਹੀਂ ਦੇਖਣਾ ਪ੍ਰਾਣਾ ਲੜਨਾ ਨਹੀਂ ਤਾਨੂੰ ਪਤਾ ਹੈ ਬਹੁਤ ਕੁਝ ਬਾਇ ਨੇਚਰ ਹੁੰਦਾ ਏ ਜਿਹੜਾ ਸਾਨੂੰ ਨਹੀਂ ਪਤਾ ਲੱਗਦਾ ਹੋਣ ਤੋਂ ਬਾਅਦ ਹੀ ਮਹਿਸੂਸ ਹੁੰਦਾ ਏ ਇਸ ਲਈ ਅਸੀਂ ਉਸ ਨੂੰ ਬਦਲਣਾ ਹੈ ਸਾਡੇ ਅੰਦਰ ਇੱਕ ਮਸ਼ੀਨ ਚੱਲਦੀ ਹੈ ਸੁਭਾਅ ਉਹਦੀ ਆਟੋਮੈਟਿਕਲੀ ਮੇਰੇ ਅੰਦਰ ਵੀ ਚੱਲਦੀ ਹੈ ਕੋਈ ਵੀ ਪਰਫੈਕਟ ਨਹੀਂ ਹੈ ਹੈਨਾ ਰੱਬ ਨੇ ਸਾਰਿਆਂ ਨੂੰ ਅਸੀਂ ਸਾਰੇ ਪਰਫੈਕਟ ਨਹੀਂ ਹੈ ਹਾਂਜੀ ਨਮਨੂਰ ਓਕੇ ਦੋ ਦੋ ਚੀਜ਼ਾਂ ਦੱਸੋ ਕਿਹੜੀਆਂ ਕਿਹੜੀਆਂ ਬਦਲਣੀਆਂ ਨਮਨੂਰ ਕੀ ਬਦਲੇਗੀ ओके ਹਾਂਜੀ ਪਾਠੂ ਚੀ ਬੋਲਣਾ ਹਾਂਜੀ ਉੱਚੀ ਸੁਣਿਆ ਨਹੀਂ ਦੂਜਾ ਦੀਦੀ ਨਾਲ ਨਹੀਂ ਲੜਨਾ ਹਾਂਜੀ ਮੰਮਾ ਦੀ ਸਾਰੀ ਗੱਲ ਸੁਣਨੀ ਹੈ ਸੁਣਨੀ ਹੈ ਕਿ ਮੰਨਣੀ ਹੈ ਓਕੇ ਹੋਰ ਹਾਂਜੀ ਉਤਰ ਹਾਲੀ ਲੜਨਾ ਹਾਂਜੀ

ਲੜੀ ਚਾਹ ਕਰਵਾ ਜ ਮੈਂ ਤਾਂ ਐਕਸਪਲੇਨ ਨਹੀਂ ਕਰ ਰਹੀ ਤੇ ਉਹ ਡਿਫਰੈਂਟ ਟਾਈਪ ਡਿਫਰੈਂਟ ਥਿੰਕਿੰਗ ਆਉਂਦਾ ਰਮਨ ਲੱਗ ਰਿਹਾ ਕਿ ਰੱਬ ਸਾਨੂੰ ਇਹਨਾਂ ਵਿੱਚ ਦੀ ਆ ਕੇ ਬਹੁਤ ਕੁਝ ਸਿਖਾ ਰਿਹਾ ਹਾਂਜੀ ਗੁਰシャン ਜੀ ਜਿਹੜਾ ਕੋਈ ਟੈਸਟ ਹੋਵੇ ਮੇਰਾ ਜਿਵੇਂ ਮੈਂ ਆਈ ਨਹੀਂ ਮਸੂ ਇਹ ਵਸ ਪਿਲੇਟੈਸਟ ਆ ਗਿਆ ਕੋਈ ਪੜਨਾ ਨਹੀਂ ਕਿ ਮੈਂ ਮੇ ਟੈਸਟ ਪੜੀਣਾ ਹੂੰ ਤੇ ਕਿਤਾਈ ਬਦਲਣਾ ਨੰਬਰ ਦੋ ਜਿਹੜਾ ਮम्मी-ਪਾਪੇ ਨੇ ਕਦੇ ਵੀ ਜਿਵੇਂ ਕਹ ਕਹਤਾ ਵੀ ਜਿਵੇਂ ਇਕ ਲਾਸਟ ਨਹੀਂ ਆਣਾ ਜੀ ਮੈਂ ਆਇ ਨਹੀਂ ਹੋਇਆ ਜਾਣਾ ਜੀ ਮੈਂ ਗੱਲ ਮੰਨ ਲਈ ਜੀ ਮੈਂ ਨਹੀਂ ਨੇ ਓਕੇ ਚੰਦਰਪ ਸਿੰਘ ਕਾਲਾ ਜੀ ਜੀ ਵਿੱਚ ਜੀਪੀਜੀ ਨਾ ਸੈੱਟ ਕਰਿਆ ਉਹ ਨੂੰ ਜਿੰਦ ਸਜੇ ਸਜੇ ਸੈਕਲੋਮੈਟ ਤੋਂ ਨਹੀਂ ਕੰਮ ਕਰਕੇ ਸੁਖਮਨ ਉੱਤੀ ਹਾਂ ਜੀ ਈਸ਼ਵਰ ਜੋਤ ਸਿੰਘ ਉੱਚੀ ਉੱਚੀ ਸੁਣ ਨਹੀਂ ਰਿਹਾ ਪੁੱਤ ਯਾ ਸੱਜ ਪੜਕਾਣਾ ਹੋਰ ਕੀ ਹੂੰ ਸਿਮਰੀਤਾ ਅੱਛਾ ਕਦੀ ਕਦੀ ਇਦਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਤੋਂ ਕੋਈ ਨਾ ਕੋਈ ਮਿਸਟੇਕ ਹੋ ਗਈ ਜਾਂ ਮਿਸਟੇਕ ਨਹੀਂ ਸਤੋਂ ਕੁਝ ਨਹੀਂ ਕਿਹਾ ਜਾਂਦਾ ਤੇ ਅਸੀਂ ਪੇਰੈਂਟਸ ਨੂੰ ਗੁੱਸਾ ਚੜਾਤਾ ਕਦੀ ਇਦਾਂ ਵੀ ਲੱਗਦਾ ਪੀ ਸਾਡੇ ਕਾਰਨ ਮੰਮੀ ਡੈਡੀ ਨੂੰ ਗੁੱਸੇ ਹੋਣਾ ਪਿਆ ਅੱਛਾ ਕੌਣ ਕੌਣ ਨੇ ਤੁਹਾਡੇ ਚ ਜੀ ਨੂੰ ਕਦੀ ਇਦਾਂ ਰੀਲਾਈਜ਼ ਹੋਇਆ ਹੋਵੇ ਕਿ ਮੈਂ ਆਪਣੀ ਮੰਮੀ ਨੂੰ ਜਾਂ ਆਪਣੀ ਡੈਡੀ ਨੂੰ ਐਵੇਂ ਹਰਟ ਕਰਤਾ ਜਾਂ ਗੁੱਸਾ ਆ ਗਿਆ ਬਾਅਦ ਵਿੱਚ ਤੁਸੀਂ ਰੋਏ ਹੋਮ ਕਦੀ ਐਸਾ ਕੀਤਾ ਕਿਤੇ ਨਾ ਹੋਇਆ ਸੁਖਮਨ ਲੋਪ੍ਰੀਤ ਪਰਸ਼ਾਂਤ ਚੰਦੀ ਪਛਾ ਤੁਮੀ ਓਕੇ ਹਾਂਜੀ ਸਮ੍ਰਿਤ ਹਾਂਜੀ ਹਾਂਜੀ ਅੱਛਾ ਕੌਣ ਕੌਣ ਹੈ ਜਿਹੜਾ ਬਾਤ ਦੇ ਵਿੱਚ ਉੱਚੀ ਉੱਚੀ ਰੋਇਆ ਹੋਵੇ ਮੈਥੋਂ ਆ ਕੀ ਹੋ ਗਿਆ ਕਦੀ ਸਾਰੀ ਰਾਤ ਕੋਈ ਰੋਇਆ ਹੋਵੇ ਐਦਾਂ ਹੋ ਜਾਂਦਾ ਹੈ ਤੁਨੀ ਰੋਂਦੀ ਹੈ ਹੈਂ ਰੋਣਾ ਹੁੰਦਾ ਵਾਹਿਗੁਰੂ ਕੌਣ ਸੀ ਅੱਗੇ ਹਾਂਜੀ ਮਿਲਨ ਉੱਚੀ ਤੂੰ ਨੇ ਸਾਇਦੀ ਆਊਟਕਾਮ ਸੇ ਅਪਸ ਪ੍ਰੈਸੈਂਟ ਆਊਟਕਾਮ ਦੀ ਸੋਚੀ ਐ ਪਰ ਫਿਊਚਰ ਦੀ ਵੀ ਆਊਟਕਾਮ ਸੋਚੀ। ਤੋ ਵਾਓ ਬੋਲੇ ਸੋ ਨਿਹਾਨ। ਹਾਂਜੀ ਜੈਪਨੀਤ। ਉੱਚੀ ਬੋ ਨਾ ਪਤੇ ਅੱਜ ਨਹੀਂ ਹੋਣੀ ਇਹਦੇ ਚ। ਹਾਂਜੀ। ਮੰਮਾ ਪਾਪਾ ਨੂੰ ਗੁੱਸੇ ਨਹੀਂ ਹੋਣਾ। ਮੰਮਾ ਨੇ ਪਾਪਾ ਨੂੰ ਗੁੱਸੇ ਨਹੀਂ ਹੋਣਾ। ਕਿ ਤੂੰ ਨਹੀਂ ਮੰਮਾ ਪਾਪਾ ਨੂੰ ਗੁੱਸੇ ਹੋਣਾ। ਤੂੰ ਨਹੀਂ ਹੋਣਾ ਚਾ। ਨਵਨੂਰ ਹੋ ਗਿਆ ਤੁਹਾਡਾ ਨਵਨੂਰ ਨਵਨੂਰ ਹੋ ਗਿਆ ਕਿਹੜੇ ਕਿਹੜੇ ਸੁਭਾਅ ਬਦਲਣਾ ਓਕੇ ਕੌਣ ਕੌਣ ਨੇ ਜਿਨ੍ਹਾਂ ਨੂੰ ਇੱਕ ਆਪਣੇ ਆਪ ਵਿੱਚ ਕੌਨਫੀਡੈਂਸ ਹੈ ਕਿ ਜੇ ਮੇਰੇ ਪੇਰੈਂਟਸ ਦਾ ਮੂਡ ਆਫ ਹੁੰਦਾ ਹੈ ਤੇ ਮੈਂ ਉਹਨਾਂ ਦਾ ਮੂਡ ਠੀਕ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਕੌਣ ਕੌਣ ਕਿਵੇਂ ਦੱਸਣਾ ਪਏਗਾ ਅੱਜ ਕਿਵੇਂ ਕਰੋਗੇ ਜੇ ਮੂਡ ਖਰਾਬ ਹੋਇਆ ਹੈਨਾ ਤਾਂ ਕਿਦਾਂ ਮੂਡ ਠੀਕ ਕਰੋਗੇ ਸੌਰੀ ਕਹ ਕੇ ਤੇ ਮਮਾ ਪਾਪਾ ਨੂੰ ਲਾਈਕ ਦਿਓ ਉਹਨਾਂ ਨੂੰ ਕੋਈ ਫੇਵਰਿਟ ਤੁਸੀਂ ਸੌਰੀ ਕਹਨੇ ਹੋ ਤੇ ਜੋ ਗੁੱਸੇ ਚ 간 ਜਲ ਚਲ ਪਰੇ ਫਿਰ ਫਿਰ ਕੀ ਕਰੋਗੇ ਕਿਉਂਕਿ ਗੁੱਸਾ ਬੜਾ ਚੰਦਰਾ ਹੁੰਦਾ ਬਟੇ ਯਾਦ ਰੱਖਿਓ ਉਸ ਵੇਲੇ ਕੁਝ ਨਹੀਂ ਸੁਝਦਾ ਹੁੰਦਾ ਅੱਖਾਂ ਤੇ ਪੱਟੀ ਬੱਜੀ ਹੁੰਦੀ ਹੈ ਹਾਂਜੀ ਨਵਨੂਰ ਜੋ ਕੰਚਪੋ ਜਾ ਫਿਰ ਮੇਲਨ ਅਹ ਲੇਟ ਕਿਉਂ ਆ ਬਾਰੇ ਕਿਸਾਨ ਹੈ ਤੇ ਵਾ ਅਜਨ ਨੂੰ ਚੁੱਪੀ ਪਾਲਣ ਦੀ ਬੰਨੀ ਆ ਤੇ ਲੈ ਘਟ ਕੇ ਚੁੱਪੀ ਪਾਲਣ ਦੀ ਤਾਂ ਕਿ ਫਿਰ ਇਹ ਗੁੱਸਾ ਵੀ ਜਿਹੜੇ ਉਹ ਮੈਨੂੰ ਪਿੱਛੇ ਕਰਨਾ ਸਕੇ ਕਦੇ ਕਦੇ ਇਦਾਂ ਵੀ ਹੁੰਦਾ ਵੀ ਤੂੰ ਉਹਨਾਂ ਨੂੰ ਗਲਬਕੜੀ ਪਾਉਂਦੀ ਤੇ ਉੱਪਰ ਇੱਕ ਪਰੇ ਕ ਅੱਜ ਚੱਲ ਪਰੇ ਹਾਂਜੀ ਬਾਬਾ ਛੋੜ ਕੇ ਕਲ ਪਾਰਟੀ ਲਈ ਜਾਂ ਫਿਰ ਪਿੱਛੇ ਨਹੀਂ ਤੇ ਫਿਰ ਬਾਅਦ ਵਿੱਚ ਜਦੋਂ ਕੌਫੀ ਆਉਂਦਾ ਜਦੋਂ ਤੁਹਾਡੇ 'ਚ ਹੋਰ ਕਿਸੇ ਨਾਲ ਇਦਾਂ ਹੋਇਆ ਕਿ ਤੁਸੀਂ ਮੂਡ ਠੀਕ ਕਰਨ ਵਾਸਤੇ ਗਲਬਕੜੀ ਪਾਉਂਦੇ ਹੋ ਤੇ ਉਹਨਾਂ ਨੇ ਪਰੇ ਕ ਤੇ ਚੱਲ ਪਰੇ ਕਾਂਦੀਪ ਸਿੰਘ ਤੇਨਾਲ ਵੀ ਹੈ ਤੇਨਾਲ ਵੀ ਅੱਛਾ ਓਕੇ ਦੱਸ ਸਕਦੇ ਹਾਂ ਕਿੱਦਾਂ ਜਿਹਾ ਹੋਇਆ ਹਾਂਜੀ ਲੋਪਰੀ ਸਿੰਘ ਮਮ ਨੂੰ ਮੇਰੀ ਕਲਾਸ ਚੱਲ ਰਹੀ ਹੈ ਹਾਂਜੀ ਹਾਂਜੀ ਸੋ ਜੇ ਨਾ ਇਧਰ ਸੇ ਕੋਈ ਹੈ ਜੇ ਸਾਦ ਮੈਨੂੰ ਕਿਹਾ ਸੀ ਕਿ ਮੈਂ ਕੁਝ ਤੋਰਤਾ ਸੀ ਕਿ ਉਹ ਚਾਹ ਕਰਕੇ ਆ ਨਾ ਪਾਪਾ ਤੂੰ ਘਸਿਓਗੇ ਕਿ ਆ ਨਾ ਰਿਸਪੋਨਸਿਬਿਲਟੀ ਟੇਕ ਕਰਨਾ ਜਦ ਪਾਪਾ ਨੇ ਮੇਰੇ ਪਾਉਣ ਚਾਹ ਇਸ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਬਾਅਦ ਚ ਉਹਨਾਂ ਨੇ ਮੈਨੂੰ ਤੱਕਾ ਵਾਰਿਆ ਤੇ ਬੱਚੇ ਬਾਅਦ ਚ ਮੈਨੂੰ ਕਿ ਕੀਤਾ ਮੈਂ ਜਾ ਕੇ ਸਾਰਾ ਮੇਰੇ ਬੈਸਟਰ ਨਾਲ ਕਲੀਨ ਕਰਕੇ ਸਾਰਾ ਜੋ ਟੋਇਲਾ ਕੇ ਤੇ ਉਹ ਮਦਦਾਇਕ ਕੋਈ ਸੀ ਕਰਕੇ ਤੇ 30 30 ਦੇ ਵਿੱਚ ਤੇ ਉਹਦੇ ਬਾਦ ਉਹਨੂੰ ਪਾਛਾ ਦੇ ਕਿ ਭਾਈ ਜੀ ਉਹਨਾਂ ਸਰਕੋਸ਼ ਦੇਖਿਆ। ਅੱਛਾ ਬਾਤ। ਹਾਂਜੀ। ਅਵਜੋਤ ਕੋਈ ਇੱਕ ਹੈਪਨਿੰਗ ਦੱਸੋ। ਹਾਂਜੀ। ਗੁਰシャン ਚੰਦੀਪ ਮੰਮੀ ਨਾਲ ਸੀ ਕਿ ਡੈਡੀ ਨਾਲ। ਆਚਾਰਮਨ ਤੂੰ ਅੱਖਾਂ ਬੰਦ ਕਰ ਲੈ ਹਾਂਜੀ। ਜੀ। ਕਿੱਤਾ ਕਿਸ ਨੇ ਪਰਾਇ ਹੋਇਆ ਸੀਗਾ ਪੁੱਤ ਹੈ ਕਿਦਾਂ ਮੈਂ ਬਸਿਆ ਕਿ ਡੈਡੀ ਕੋਲ ਹੈ ਨਾ ਸਾਥ ਵਿੱਚ ਹੀ ਨਾਲ ਤੇ ਸਵੇਰ ਤੋਂ ਮੀਂਹ ਪੈ ਰਿਹਾ ਹੋਰ ਸੁਗਮਨ ਉੱਚੇ ਜੇ ਕੋਸਾ ਵੀ ਨਹੀਂ ਤੇ ਰਿਹਾ ਹੋਸਾ ਕੱਢ ਦੇ ਛੱਡ ਦੇ ਸਿਮਰਿਤ ਇਹ ਪੁੰਦੇਮਾਂ ਜ਼ਿੰਦਗੀ ਚ ਬੜਾ ਕੰਮ ਲਾਏਗਾ ਕਦੀ ਐਸਾ ਹੋਵੇ ਕਿ ਤੁਸੀਂ ਸਿਚੁਏਸ਼ਨ ਨੂੰ ਨਾਰਮਲ ਕਰਨਾ ਚਾਹੋ ਤੇ ਤੁਹਾਨੂੰ ਪੇਰੈਂਟਸ ਨਾਰਮਲ ਕਰਨ ਦੀ ਬਜਾਏ ਤੁਹਾਨੂੰ ਉਲਟਾ ਕੁਝ ਕਹਿਣ ਉੱਚੀ ਕਹਿਣ ਜਾਂ ਉਹ ਕਰਨ ਫਿਰ ਕੀ ਕਰਨਾ ਚਾਹੀਦਾ ਠੀਕ ਹੈ ਕੀ ਕਰਨਾ ਚਾਹੀਦਾ ਪਹਿਲਾਂ ਗੈਸ ਕਰ ਹਾਂਜੀ ਥੋੜੀ ਜਿਹੀ ਚੱਲੀ ਜਿਵੇਂ ਉਹਨਾਂ ਨੂੰ ਫਿਰ ਥੋੜੀ ਜਿਹੀ ਚੱਲੀ ਜਿਵੇਂ ਕੰਦੇ ਜਾ ਲੂ ਤੇ ਫਿਰ ਦੋ ਤਿੰਨ ਮਿੰਟ ਪੰਜ ਪੰਜ ਮਿੰਟਾਂ ਦਾ ਬਾਅਦ ਜਿਵੇਂ ਵੀ ਕੋਸ਼ਿਸ਼ ਕਰੋ ਸਾਹਮਣੇ ਵਾਲੇ ਨੂੰ ਗਲਤ ਨਾ ਸਮਝੋ ਗਲਤ ਨਹੀਂ ਆ ਉਹ ਦਾਤਾ ਪਤਾ ਕੀ ਕਰਦੇ ਨੇ ਵਾਹਿਗੁਰੂ ਜੀ ਕੀ ਕਰਦੇ ਨੇ ਵਾਹਿਗੁਰੂ ਜੀ ਦੇਖਦੇ ਨੇ ਸਾਡੀ ਸਿਚੁਏਸ਼ਨ ਨੂੰ ਦੇਖਦੇ ਨੇ ਤੇ ਸਾਡੇ ਤੇ ਹਮੇਸ਼ਾ ਤਰਸ ਕਰਦੇ ਨੇ ਠੀਕ ਹੈ ਨਾ ਉਹਦੇ ਸਮਝਣਾ ਵੀ ਉਹਨਾਂ ਦੀ ਸਿਚੁਏਸ਼ਨ ਆ ਹੋ ਸਕਦਾ ਮम्मा ਦੀ ਡੈਡੀ ਦੀ ਸਿਚੁਏਸ਼ਨ ਐਸੀ ਹੋਵੇ ਕਿ ਉਹਨਾਂ ਸਟ्रेस ਵਿੱਚ ਹੋ ਗਿਆ ਹੋਵੇ ਅਕਸਰ ਹੋ ਜਾਂਦਾ ਬੇਟੇ ਜਦੋਂ ਤੁਸੀਂ ਉਸ ਏਜ ਵਿੱਚ ਪਹੁੰਚੋਗੇ ਤੁਹਾਡੇ ਨਾਲ ਵੀ ਹੋਇਆ ਕਰੇਗਾ ਠੀਕ ਹੈ ਨਾ ਤਾਂ ਦੂਜੇ ਨੂੰ ਜੇ ਨਹੀਂ ਵੀ ਸਮਝ ਆਉਂਦੀ ਤਾਂ ਤਕਰੀਬਨ ਕਦੀ ਵੀ ਦੂਜੇ ਨੂੰ ਗਲਤ ਨਹੀਂ ਸਮਝਣਾ ਠੀਕ ਹੈ ਨਾ ਇਹ এজ ਪਰ ਸਿਚੁਏਸ਼ਨ ਹੁੰਦਾ ਹੈ ਸਾਈਕੋਲੋਜੀਕਲੀ ਸਿਚੁਏਸ਼ਨ ਹੁੰਦੀ ਹੈ ਠੀਕ ਹੈ ਨਾ ਸਾਈਕੋਲੋਜੀਕਲੀ এনवायरमेंट ਹੁੰਦਾ ਹੈ ਔਰ ਇਹ ਸਦਾ ਨਹੀਂ ਰਹਿੰਦਾ ਹੁੰਦਾ ਬੇਟੇ ਉਸ ਤੋਂ ਬਾਅਦ ਇਹ ਅਪ ਡਾਊਨ ਆਉਂਦਾ ਹੁੰਦਾ ਆਪਣੇ ਆਪ ਇਸਨੇ ਨੋਰਮਲ ਹੋ ਜਾਣਾ ਹੁੰਦਾ ਥੈਂਕ ਯੂ ਬੇਟੇ ਤੁਹਾਡੇ ਚੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਦੋ ਕੁਐਸਚਨ ਲਾਸਟ ਕਵੈਸਚਨ ਨੰਬਰ 9 ਜਦੋਂ ਸਾਡਾ ਸੁਭਾਅ ਤੇ ਸਾਡੀ ਸੋਚ ਬਦਲ ਜਾਵੇ ਅਤੇ ਸਾਡੀ ਜ਼ਿੰਦਗੀ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲ ਪਵੇ ਤਾਂ ਕੀ ਸਾਨੂੰ ਪਿਛਲੇ ਕਰਮਾਂ ਬਾਰੇ ਕਿਸ ਤਰ੍ਹਾਂ ਵਿਸ਼ਵਾਸ ਕਰਨਾ ਚਾਹੀਦਾ ਬਜ਼ਰ ਹਾਂਜੀ ਚੰਦੀਪ ਸਿੰਘ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਕਿ ਜਦੋਂ ਫੜਾ ਰੱਬ ਵਾਲਿਆ ਉਹ ਰੱਬ ਪਿਛਲੇ ਜਿਹੜੇ ਕੀਤੇ ਸੀਗੇ ਜਿੰਦ ਤੋਂ ਉਪਰੇ ਉਹਨਾਂ ਨੂੰ ਆਪੇ ਹਾਂ ਸਾਨੂੰ ਵਾਹਿਗੁਰੂ ਜੀ ਨੇ ਤੁਰੰਤ ਨਵਾਂ ਫਲ ਦੇਣਾ ਸ਼ੁਰੂ ਕਰ ਦੇਣਾ ਹੁੰਦਾ ਤੇ ਯਾਦ ਰੱਖਿਓ ਬੇਟਾ ਜੀ ਦੁਨੀਆ ਨਹੀਂ ਭੁਲਾਏਗੀ ਦਿਸ ਇਸ ਆ ਫੈਮਿਲੀ ਲਾਈਫ ਠੀਕ ਹੈ ਨਾ ਰੱਬ ਤੋਂ ਉਮੀਦ ਰੱਖਣੀ ਹੈ ਕੱਲ ਨੂੰ ਕੁੜੀਆਂ ਖਾਸ ਕਰਕੇ ਸਹੁਰੇ ਘਰ ਜਾਣਗੀਆਂ ਕੁਝ ਵੀ ਤੁਹਾਡੇ ਤੋਂ ਮਿਸਟੇਕ ਹੋਏਗੀ ਠੀਕ ਹੈ ਨਾ ਹੋ ਸਕਦਾ ਸੱਤ ਸਹੁਰੇ ਦੇ ਮਨ ਵਿੱਚ ਸਾਰੀ ਜ਼ਿੰਦਗੀ ਬੈਠਾ ਰਵੇ ਤੁਹਾਡੇ ਸ਼ਰੀਕੇ ਦੇ ਮਨ ਵਿੱਚ ਸਾਰੀ ਜ਼ਿੰਦਗੀ ਬੈਠਾ ਰਵੇ ਪਰ ਰੱਬ ਕਦੀ ਵੀ ਆਪਣੇ ਮਨ ਵਿੱਚ ਨਹੀਂ ਰੱਖਦਾ ਠੀਕ ਹੈ ਨਾ ਜੇ ਤੁਸੀਂ ਰੱਬ ਨੂੰ ਖੁਸ਼ ਕਰ ਲਿਆ ਤਾਂ ਤੁਸੀਂ ਜ਼ਿੰਦਗੀ ਸਫਲ ਕਰ ਲਈ ਹਮੇਸ਼ਾ ਦੂਜਿਆਂ ਬਾਰੇ ਸੋਚੋ ਦੂਜਿਆਂ ਦਾ ਭਲਾ ਸੋਚੋ ਦੂਜਿਆਂ ਬਾਰੇ ਅਰਦਾਸ ਕਰੋ ਜਦੋਂ ਵੀ ਤੁਹਾਡੇ ਮੰਮੀ ਡੈਡੀ ਲਿਖ ਲਓ ਭਾਵੇਂ ਜਦੋਂ ਵੀ ਤੁਹਾਡੇ ਮੰਮੀ ਡੈਡੀ ਤੁਹਾਨੂੰ ਨਹੀਂ ਸਮਝ ਸਕੇ ਤੁਸੀਂ ਰਾਈਟ ਹੋ ਫਿਰ ਵੀ ਗੁੱਸੇ ਹੋਗੇ ਤਾਂ ਉਦੋਂ ਆਪਣੇ ਮੰਮੀ ਡੈਡੀ ਵਾਸਤੇ ਅਰਦਾਸ ਕਰੋ ਬੇਟਾ ਜੀ ਅਰਦਾਸ ਕਰੋ ਵਾਹਿਗੁਰੂ ਜੀ ਰਹਿਮਤ ਕਰੋ ਲਾਸਟ ਕੁਐਸਚਨ ਦਾ ਆਨਸਰ ਦੇ ਦੇ ਉਸ ਤੋਂ ਬਾਅਦ ਲਿਖ ਲਿਓ ਇਹ ਲਾਸਟ ਕੁਐਸਚਨ ਹੈ ਭਗਤ ਸੱਦਨਾ ਜੀ ਦੇ ਕਿਹੜੇ ਕਿਹੜੇ ਰਾਗ ਤੇ ਰਾਗ ਵਿੱਚ ਬਜ਼ਰ ਪਹਿਲਾਂ ਹੀ ਵਜਾਤਾ ਕਿ ਕਿਹੜੇ ਕਿਹੜੇ ਰਾਗ ਵਿੱਚ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ ਅਭਜੋਤ ਬਲਾਵਲ ਰਾਗ ਵਿੱਚ ਕਮਾਲ ਹੋ ਗਈ ਕਮਾਲ ਸ਼ਬਦ ਵੀ ਛੋਟਾ ਰਹਿ ਗਿਆ ਬਹੁਤ ਅੱਛੇ ਪੁੱਤੇ ਏਸੀ ਸਾਡਾ ਕੁਐਸਚਨ ਆਨਸਰ ਹੁਣ ਤੁਹਾਨੂੰ ਕੁਐਸਚਨ ਆਨਸਰ ਦੀ ਇੱਕ ਸ਼ੀਟ ਦਿੱਤੀ ਜਾਏਗੀ ਕੱਲ ਨੂੰ ਤੁਹਾਡਾ ਟੈਸਟ ਹੋਏਗਾ ਆਪਾਂ 6 40 ਤੇ ਰਹਿ ਰਸ ਦਾ ਪਾਠ ਵੀ ਕਰਨਾ ਠੀਕ ਹੈ ਨਾ ਅੱਜ ਆਪਾਂ ਰਹਿ ਰਸ ਦਾ ਪਾਠ ਕਰਾਂਗੇ ਪਰ ਹਾਲੇ ਸਾਡੇ ਕੋਲੇ ਪਏ ਨੇ ਪੂਰਾ ਅੱਧਾ ਘੰਟਾ ਠੀਕ ਹੈ ਤੇ ਕੱਲ ਨੂੰ ਤੁਹਾਡਾ ਟੈਸਟ ਹੋਏਗਾ ਤੁਸੀਂ ਇਹ ਸਟੋਰੀ ਲਿਖਣੀ ਹੋਏਗੀ ਕਰੋ ਯਾਦ ਕਰਕੇ ਨਹੀਂ ਕਰੋ ਨਹੀਂ ਕਰਨਾ ਤੁਸੀਂ ਮੈਨੂੰ ਪਤਾ ਤੁਸੀਂ ਕਰਦੇ ਨਹੀਂ ਹੋ ਕਹਿ ਦਿੰਦੇ ਹੋ ਕਰਦੇ ਨਹੀਂ ਬਹਾਨੇ ਬਹੁਤ ਆ ਤੁਹਾਡੇ ਕੋਲ ਹੈ ਨਾ ਐਕਸਕਿਊਜ਼ ਬਹੁਤ ਸਾਡਾ ਕੋ ਟਾਈਮ ਨਹੀਂ ਸੀ ਹੋਰ ਨਹੀਂ ਸੀ ਜਦੋਂ ਕੱਲ ਨੂੰ ਤੁਸੀਂ ਆਓਗੇ ਸਿਮਰਿਤ ਤੇ ਈਸ਼ਵਰਜੋਤ ਤੁਹਾਨੂੰ ਮੈਂ ਬੇਨਤੀ ਕਰਾਂ ਪੁੱਤ ਮੈਂ ਹਰਜਿੰਦਰ ਨੂੰ ਵੀ ਕਹਿ ਦਾਂਗਾ ਤਿੰਨੋਂ ਦਿਨ ਆਓ ਪੁੱਤ ਟਾਈਮ ਸਿਰ ਆਓ ਹੁਣ ਦੇਖੋ ਅੱਜ ਦਾ ਸਲਾਈਡ ਸ਼ੋਅ ਨਿਕਲ ਗਿਆ ਠੀਕ ਹੈ ਤਾਂ ਉਹ YouTube ਤੇ ਪਿਆ ਹੈਗਾ ਤੁਸੀਂ ਉਹ ਸਲਾਈਡ ਸ਼ੋਅ ਜ਼ਰੂਰ ਫੋਲੋ ਕਰ ਲਿਓ ਪੁੱਤ ਤਿੰਨੋਂ ਦਿਨ ਆਓ ਠੀਕ ਹੈ ਨਾ ਮਿਸ ਨਾ ਕਰੋ ਬਟੇ ਜਿਹੜੇ ਦਿਨ ਵੀ ਤੁਸੀਂ ਮਿਸ ਕਰਦੇ ਹੋ ਉਹ ਚੀਜ਼ ਆਪਾਂ ਬਹੁਤ ਕੁਝ ਗਵਾ ਲੈਣੇ ਆ ਬਟੇ ਸਾਨੂੰ ਫਿਰ ਮਿਲਦਾ ਨਹੀਂ ਹੈ ਨਾ ਤੇ ਕੱਲ ਨੂੰ ਤੁਹਾਨੂੰ ਅਸੀਂ 25 ਮਿੰਟਸ ਦੇਵਾਂਗੇ ਸਟੋਰੀ ਨੂੰ ਪਹਿਲਾਂ ਯਾਦ ਕਰਨ ਵਾਸਤੇ ਕੁਐਸਚਨ ਆਨਸਰ ਯਾਦ ਕਰਨ ਵਾਸਤੇ ਫਿਰ ਤੁਸੀਂ ਸਟੋਰੀ ਲਿਖਣੀ ਹੋਏਗੀ ਕੁਐਸਚਨ ਆਨਸਰ ਲਿਖਨੇ ਹੋਣਗੇ ਠੀਕ ਹੈ ਨਾ ਫਿਰ ਕੱਲ ਨੂੰ ਇੱਕ ਗਰੁੱਪ ਡਿਸਕਸ਼ਨ ਹੋਏਗੀ ਗਰੁੱਪ ਡਿਸਕਸ਼ਨ ਹੋਏਗੀ ਉਹਦਾ ਟਾਪਿਕ ਹੋਏਗਾ ਆਪਾਂ ਪੁੱਛਾਂਗੇ ਤੁਹਾਡੇ ਤੋਂ ਕਿ ਕੋਈ ਇੱਕ ਹੈਬਿਟ ਚੇਂਜ ਕਰਨੀ ਹੈ ਤੇ ਉਹ ਹੈਬਿਟ ਕਿਵੇਂ ਚੇਂਜ ਹੋਵੇ ਸਾਰਿਆਂ ਦੇ 뷰 ਲਵਾਂਗੇ ਠੀਕ ਹੈ ਆਪਾਂ ਕੋਈ ਇੱਕ ਹੈਬਿਟ ਅੱਜ ਡਿਸਕਸ ਕਰ ਲਈਏ ਜਦੋਂ ਅਸੀਂ ਪੇਰੈਂਟਸ ਦੇ ਓਬੀਡੀਅੰਟ ਨਹੀਂ ਹੁੰਦੇ ਡਿਸਓਬੀਡੀਅੰਟ ਹੁੰਨੇ ਆ ਤਾਂ ਉਦੋਂ ਸਾਡੀ ਨੇਚਰ ਦੇ ਵਿੱਚ ਸਾਡੇ ਸੁਭਾਅ ਵਿੱਚ ਕਿਹੜੀ ਵੀਕਨੈਸ ਹੁੰਦੀ ਆ ਹਾਂਜੀ ਕਿਹੜੀ ਵੀਕਨੈਸ ਹੁੰਦੀ ਆ ਉਦੋਂ ਜਾਂ ਕੋਈ ਵੀ ਇੱਕ ਐਸੀ ਐਸੇ ਦੱਸੋ ਵੀ ਆਹ ਕਾਰਨ ਹੈ ਜਿਸ ਕਰਕੇ ਅਸੀਂ ਪੇਰੈਂਟਸ ਦੇ ਓਬੀਡੀਅੰਟ ਬਣਨ ਤੋਂ ਜਿਹੜਾ ਹੈ ਉਹ ਥੋੜੇ ਜੇ ਕਮਜ਼ੋਰ ਰਹਿ ਜਾਂਦੇ ਆ a due to nature b due to misunderstanding c due to wrong attention wrong attention means attention kisi hor passe hai not a wrong ho sakda hai assi kuch khana chahunde hai saadi attention hai swad mummy daddy kuch hor kehnde ne assi mande nahi hai ta utthe saadi attention a gayi ਹਣਾ ਕੋਈ ਇੱਕ ਚੀਜ਼ ਦੱਸੋਗੇ ਕਿਹੜੇ ਕਰਕੇ ਅਸੀਂ ਨਹੀਂ ਮੰਨਦੇ ਗੱਲ ਕੌਣ-ਕੌਣ ਨੇ ਜਿਹੜੇ 100% ਪੇਰੈਂਟਸ ਦੇ obedinent ਬਣਨਾ ਚਾਹੁੰਦੇ ਨੇ ਤੁਸੀਂ ਕਿਤੇ ਇਦਾਂ ਤਾਂ ਨਹੀਂ ਇਮੇਜਿਨ ਕਰੀ ਬੈਠੇ ਕਿ ਅਸੀਂ obedinent ਤਾਂ ਬਣ ਸਕਦੇ ਹਾਂ ਜੇ ਸਾਡੇ ਪੇਰੈਂਟਸ ਇਦਾਂ-ਇਦਾਂ ਕਰਨਾ ਪੇਰੈਂਟਸ ਆਹ ਚੀਜ਼ ਚੇਂਜ ਕਰ ਦੇਣਾ ਚੇਂਜ ਕਰ ਦਿੰਦਾ ਨਾ ਅਸੀਂ obedinent ਬਣ ਸਕਾਂਗੇ ਇਦਾਂ ਤਾਂ ਨਹੀਂ ਜੋ ਸਿਚੁਏਸ਼ਨ ਹੈ ਹਨ ਉਹ ਕਿਸੇ ਵੀ ਵਸ ਸਿਚੁਏਸ਼ਨ ਬਣ ਜਾਂਦੀ ਹੈ ਬੱਤਰ ਸਿਚੁਏਸ਼ਨ ਬਣ ਜਾਂਦੀ ਹੈ ਤਾਂ ਫਿਰ ਵੀ ਅਸੀਂ ਅਬੀਡੀਅੰਟ ਬਣਨਾ ਹੈ ਠੀਕ ਹੈ ਨਾ ਤਾਂ ਵਰਕ ਕਿੱਥੇ ਕਰਨਾ ਪਏਗਾ ਆਪਣੇ ਅੰਦਰ ਅਸੀਂ ਵਰਕ ਕਿੱਥੇ ਕਰਦੇ ਹਾਂ ਬਾਹਰ ਠੀਕ ਹੈ ਓਕੇ ਹੁਣ ਅਸੀਂ ਤੁਹਾਨੂੰ ਦਿੰਨੇ ਆ 15 ਮਿੰਟ ਦੀ ਬ੍ਰੇਕ ਸਟੋਰੀ ਫਿਰ ਚੰਗੀ ਤਰ੍ਹਾਂ ਦੇਖ ਲਿਓ ਤੁਹਾਨੂੰ ਕੁਐਸਚਨ ਆਨਸਰ ਦਿੱਤੇ ਜਾਣਗੇ ਕੁਐਸਚਨ ਆਨਸਰ ਚੰਗੀ ਤਰ੍ਹਾਂ ਪੜ੍ਹ ਲਿਓ ਤਾਂ ਕਿ ਕੱਲ ਨੂੰ ਟੈਸਟ ਵਿੱਚ ਪਾਸ ਹੋ ਜਾਓ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ